ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਚਾਰੇ ਪਾਸੇ ਇਹ ਗਾਣੇ ਤੇ ਬਹੁਤ ਹੀ ਜ਼ਿਆਦਾ ਰੀਲਾਂ ਪਾਉਂਦੀਆਂ ਪਈਆਂ ਨੇ। ਸੋਸ਼ਲ ਮੀਡੀਆ ਤੇ ਹੁਣ ਬਸ ਆਹੀ ਗਾਣਾ ਚੱਲਦਾ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਬਹੁਤ ਹੀ ਜ਼ਿਆਦਾ ਪੁਰਾਣਾ ਹੈ। ਲਗਭਗ 2005 ਸਨ ਵਿੱਚ ਇਹ ਗਾਣਾ ਆਇਆ ਸੀ, ਜਿਸ ਦਾ ਗਾਇਕ ਸੀ ਸਤਨਾਮ ਸਾਗਰ ਤੇ ਸਰਨਜੀਤ ਸੰਮੀ। ਸੁਹਾਲੀ ਵਿੱਚ ਇਸ ਗਾਣੇ ਨੂੰ ਹੁਣ ਹਾਈਪ ਮਿਲਦੀ ਪਈ ਹੈ, ਕਿਉਂਕਿ ਇਹ ਰੀਲਾਂ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਗਾਣੇ ਦੇ ਵਾਇਰਲ ਹੋਣ ਤੋਂ ਬਾਅਦ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਪਤਾ ਲੱਗ ਗਿਆ ਵੀ ਸਤਨਾਮ ਸਾਗਰ ਕਿਹੜਾ ਗਾਇਕ ਹੈ। ਸੁਹਾਲ ਹੀ ਵਿੱਚ ਰਾਜਵੀਰ ਜਵੰਦਾ ਵੀ ਇਸ ਗਾਣੇ ਬਾਰੇ ਬੋਲਿਆ ਹੈ, ਤੇ ਰਾਜਵੀਰ ਜਵੰਦਾ ਕੀ ਕਹਿ ਰਿਹਾ ਹੈ ਤੁਹਾਨੂੰ ਇਸ ਵੀਡੀਓ ਵੱਲ ਲੈ ਚੱਲਦੇ ਆ। ਸਾਗਰ ਦੀ ਵੋਟੀ ਲੈਂਦੀ ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ ਕੋਈ ਮੇਰੀ ਮਜਬੂਰੀ ਮੈਨੂੰ ਕਿਵੇਂ ਜੇਤ ਲਿਆ ਜੀ। ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਾ, ਕਿ ਤੁਸੀਂ ਇਹ ਗਾਣਾ ਸੁਣਿਆ ਜਾਂ ਨਹੀਂ। ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।